ਬੀਤੇ ਦਿਨੀ ਲੁਧਿਆਣਾ ਦੇ ਪਿੰਡ ਢਿੱਲੋਂ ਵਿਖੇ ਰਮਨਦੀਪ ਕੌਰ ਨਾਂ ਦੀ ਮਹਿਲਾ ਦੀ ਧੱਕੇਪੂਰਨ ਹਾਲਾਤਾਂ 'ਚ ਹੋਈ ਮੌਤ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿੱਤਾ। ਉਸਦਾ ਕਤਲ ਕਰਨ ਵਾਲਾ ਕੋਈ ਹੋਰ ਨਹੀਂ, ਉਸਦਾ ਪਤੀ ਹਰਮਨਦੀਪ ਸਿੰਘ ਉਰਫ ਬੰਟੀ ਅਤੇ ਉਸਦੇ ਪਤੀ ਦਾ ਸਾਧੂ ਹੀ ਕਾਤਿਲ ਨਿਕਲਿਆ। ਜੋ ਕਾਮ ਕੀਆ ਔਰ ਜਿਸਕੀ ਵਜ੍ਹਾ ਸੇ ਮਰਡਰ ਹੁਆ ਹੈ, ਵੋ ਮਰਡਰ ਕੀਆ ਲੇਡੀ ਕੇ ਹਸਬੈਂਡ ਬੰਟੀ ਐਲੀਆਸ ਹਰਮਨਦੀਪ ਨੇ। ਲੇਡੀ ਕਾ ਨਾਮ ਜੋ ਹੈ ਰਮਨਦੀਪ ਕੌਰ, ਜੋ ਚੌਥੇ ਮਤਲਬ ਉਹ ਉਸਕਾ ਫੋਰਥ ਹਸਬੈਂਡ ਥਾ ਬੰਟੀ, ਜੋ ਪ੍ਰਜੈਂਟ ਹਸਬੈਂਡ ਥਾ। ਇਸ ਬੰਟੀ ਨੇ ਆਪਣੇ ਸਾਡੂ, ਪੁਰਾਣੇ ਸਾਡੂ ਜਿਸਕਾ ਨਾਮ ਹੈ ਸੋਨਦੀਪ, ਉਸਕੇ ਸਾਥ ਮਿਲ ਕੇ ਇਸ ਲੇਡੀ ਕਾ ਮਰਡਰ ਕੀਆ 21 ਤਾਰੀਖ ਕੋ। ਔਰ ਮਰਡਰ ਕਰਨੇ ਕੀ ਵਜ੍ਹਾ ਜੋ ਰੰਜਿਸ਼ ਥੀ ਵੋ ਇਹ ਥੀ ਕਿ ਇਹ ਲੇਡੀ ਆਪਣੇ ਪੁਰਾਣੇ ਹਸਬੈਂਡ ਕੇ ਪਾਸ ਵਾਪਸ ਜਾਣਾ ਚਾਹਤੀ ਥੀ। ਯੋ ਆ ਇਨ ਲੋਗੋਂ ਕੋ ਹਮਨੇ ਪਕੜ ਲਿਆ ਹੈ। ਮੁਕੱਦਮਾ ਹਮਨੇ ਉਸੀ ਦਿਨ ਉਸੀ ਰਾਤ ਕੋ ਜੋ ਹੈ ਜਿਸ ਜਬ ਹਮੇ ਇਤਲਾ ਮਿਲੀ ਥੀ ਤਭੀ ਹਮਨੇ 302 ਕਾ ਦਰਜ ਕਰ ਲਿਆ ਥਾ। ਅਬ ਹਮਨੇ ਉਸਮੇ ਸੈਕਸ਼ਨ ਔਰ। ਲੁਧਿਆਣਾ ਤੋਂ ਯੋਗੇਸ਼ ਕਪੂਰ ਨਾਲ ਬੌਬੀ ਕਾਠੀਆ ਦੀ ਰਿਪੋਰਟ, ਚੈਨਲ 2।